ਮਹਿੰਗਾਈ ਨੂੰ ਲੈ ਕੇ ਸਰਕਾਰ ਨੂੰ ਟਾਰਗੇਟ ਵੀ ਕੀਤਾ ਗਿਆ ਕਿ ਸਰਕਾਰ ਇਹਦੇ ਉੱਤੇ ਯਤਨ ਨਹੀਂ ਕਰ ਰਹੀ ਐ ਐਨਡੀਪੀ ਲੀਡਰ ਜਗਮੀਤ ਸਿੰਘ ਨੇ ਸਿੱਧਾ-ਸਿੱਧਾ ਕਿਹਾ ਸੀ ਕਿ ਜਿਹੜੀਆਂ ਗਰੋਸਰੀ ਦੀਆਂ ਪ੍ਰਾਈਸੇਸ ਵਧੀਆਂ ਆ ਇਹਦੀ ਜਾਂਚ ਪੜਤਾਲ ਕੀਤੀ ਜਾਵੇ ਕਿ ਕਿਤੇ ਇਦਾਂ ਤਾਂ ਨਹੀਂ ਵੀ ਇਹ ਜਾਣਬੁੱਝ ਕੇ ਪ੍ਰਾਈਸੇਸ ਵਧਾ ਰਹੇ ਆ ਜਾਂ ਜਿਹੜੀਆਂ ਟੌਪ ਕੰਪਨੀਆਂ ਨੇ ਕੈਨੇਡਾ ਦੀਆਂ ਪੰਜ ਜਿਹੜੀਆਂ ਗਰੋਸਰੀ ਕੰਪਨੀ ਮੇਨ ਨੇ ਇਹਦੇ ਨਾਲ ਸਬੰਧਤ ਉਹ 80% ਮਾਰਕੀਟ ਨੂੰ ਕੰਟਰੋਲ ਕਰਦੀਆਂ ਤੇ ਉਹਦੇ ਤੋਂ ਬਾਅਦ ਇਹਨਾਂ ਨੇ ਗੱਲਬਾਤ ਕੀਤੀ ਸੀ ਪਿਛਲੇ ਹਫਤੇ ਬਲੂਮਬਰਗ ਦੇ ਨਾਲ ਇੱਕ ਗੱਲਬਾਤ ਕੀਤੀ ਸੀ ਜਗਮੀਤ ਸਿੰਘ ਹੁਣਾ ਨੇ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਇਹ ਇਹਨਾਂ ਦਾ ਘੱਟੋ-ਘੱਟ ਦੇਖਿਆ ਜਾਵੇ ਕਿ ਕੀ ਇਹ ਜਾਣਬੁੱਝ ਕੇ ਇਹਨਾਂ ਕੀਮਤਾਂ ਨੂੰ ਕੰਟਰੋਲ ਤਾਂ ਨਹੀਂ ਕਰ ਰਹਾ ਹੁਣ ਉਹਦੇ ਉੱਤੇ ਇਹ ਜਿਹੜੇ ਕੁਝ ਇਸ ਮਹਿੰਗਾਈ ਨੂੰ ਸਮਝਣ ਵਾਲੇ ਮਾਹਰ ਨੇ ਉਹ ਇਹ ਕਹਿ ਰਹੇ ਆ ਕਿ ਠੀਕ ਹੈ ਮਹਿੰਗਾਈ ਬਹੁਤ ਆ ਮਹਿੰਗਾਈ ਨੂੰ ਕੰਟਰੋਲ ਕਰਨ ਦੇ ਕੋਸ਼ਿਸ਼ ਕੀਤਾ ਜਾਣਾ ਚਾਹੀਦਾ ਪਰ ਐਨਡੀਪੀ ਆਗੂ ਜਗਮੀਤ ਸਿੰਘ ਬਿਨਾ ਕਿਸੇ ਆਧਾਰ ਦੇ ਸਿਰਫ ਜਿਹੜੀਆਂ ਕੌਨਸਪੀਰੇਸੀ ਥਿਉਰੀਜ਼ ਦੇ ਰਿਹਾ ਹੈ ਇਹਦੀਆਂ ਜਿਹੜੀਆਂ ਕਿ ਹਜੇ ਤੱਕ ਸਹੀ ਸਾਬਤ ਨਹੀਂ ਹੋਈਆਂ ਜਦੋਂ ਉਹਨਾਂ ਦੀ ਜਾਂਚ ਪੜਤਾਲ ਕੀਤੀ ਗਈ ਆ ਨਾ ਤਾਂ ਸਟੋਰਾਂ ਵਾਲੇ ਉਨੀ ਜ਼ਿਆਦਾ ਜਿਹੜੀ ਕੀਮਤਾਂ ਵਧਾ ਰਹੇ ਆ ਜਿੰਨੀ ਜ਼ਿਆਦਾ ਗੱਲਬਾਤ ਚੱਕੀ ਜਾ ਰਹੀ ਆ ਹੁਣ ਮਹਾਰਾ ਇਹ ਕਹਿ ਰਹੇ ਆ ਕਿ ਸਰਕਾਰ ਦੀ ਲੋਚਨਾ ਕਰਨਾ ਨਾ ਜਾਇਜ਼ ਆ ਇਹ ਗੱਲ ਸਹੀ ਆ ਕਿ ਗਰੋਸਰੀਆਂ ਦੀਆਂ ਕੀਮਤਾਂ ਵਧੀਆਂ ਲੋਕ ਦੁਖੀ ਨੇ ਸਰਕਾਰ ਨੂੰ ਇਹਦੀ ਜ਼ਿੰਮੇਵਾਰੀ ਚੱਕਣੀ ਚਾਹੀਦੀ ਉਹਨਾਂ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਪਰ ਜਿਹੜੀ ਗੱਲ ਜਗਮੀਤ ਸਿੰਘ ਹੁਣੀ ਕਹਿ ਰਿਹਾ ਉਹ ਵੀ ਇੰਨੀ ਜ਼ਿਆਦਾ ਵਾਜਿਬ ਨਹੀਂ ਆ ਉਦਾਹਰਨ ਵਜੋਂ ਕਹਿੰਦੇ ਜਗਮੀਤ ਸਿੰਘ ਹੁਣੀ ਇਹ ਕਹਿ ਰਿਹਾ ਵੀ ਗੈਸ ਦੀਆਂ ਕੀਮਤਾਂ ਵੀ ਥੱਲੇ ਆ ਗਈਆਂ ਜਿਹੜੀਆਂ ਘਰਾਂ ਦੀਆਂ ਕੀਮਤਾਂ ਵੀ ਥੱਲੇ ਆ ਗਈਆਂ ਪਰ ਗਰੋਸਰੀਆਂ ਦੀਆਂ ਕੀਮਤਾਂ ਨਹੀਂ ਥੱਲੇ ਆਈਆਂ ਉਹ ਕਹਿੰਦੇ ਇਹ ਉਹਨਾਂ ਨੂੰ ਵੀ ਪਤਾ ਆ ਕਿ ਘਰਾਂ ਦੀਆਂ ਕੀਮਤਾਂ ਥੱਲੇ ਆਉਣ ਦਾ ਕਾਰਨ ਟਰਸਟ ਰੇਟ ਦਾ ਵਧਣਾ ਸੀ ਗੈਸ ਦੀਆਂ ਕੀਮਤਾਂ ਦਾ ਸਬੰਧ ਉਧਰ ਰੂਸ ਯੂਕਰੇਨ ਤੇ ਹੋਰ ਕਈ ਸਾਰੇ ਫੈਕਟਰ ਨੇ ਉਹਦੇ ਨਾਲ ਆ ਵੀ ਇਹਨੂੰ ਉਹਦੇ ਨਾਲ ਜੋੜ ਕੇ ਨਹੀਂ ਦੇਖਿਆ ਜਾ ਸਕਦਾ ਹੁਣ ਕੰਪੀਟੀਸ਼ਨ ਬਿਊਰੋ ਨੇ ਕੈਨੇਡਾ ਰੰਜੀ ਅਨਾਉਂਸਮੈਂਟ ਕੀਤੀ ਹੈ ਕਿ ਰਿਵਿਊ ਲਾਂਚ ਕਰ ਰਹੇ ਆ ਹੁਣ ਜੇ ਤ ਉਹਦੇ ਵਿੱਚੋਂ ਗੱਲਬਾਤ ਉਹ ਸਾਹਮਣੇ ਨਿਕਲ ਕੇ ਆਉਂਦੀ ਹੈ ਜਿਹੜੀ ਸਦਾ ਜਗਮੀਤ ਸਿੰਘ ਕਹਿੰਦੇ ਆ ਫੇਰ ਤਾਂ ਠੀਕ ਹੈ ਨਹੀਂ ਤਰ੍ਹਾਂ ਦੀ ਲੋਚਨਾ ਹੋ ਰਹੀ ਹੈ ਕਿ ਸਿਰਫ ਤੇ ਸਿਰਫ ਉਹ ਮਤਲਬ ਜਿਹੜਾ ਆਪਣੀ ਅਲੋਚਨਾ ਕਰਨ ਦੇ ਲਈ ਅਲੋਚਨਾ ਕਰ ਰਿਹਾ ਹੁਣ ਪਹਿਲਾਂ ਵੀ ਆਪਾਂ ਖਬਰ ਕੀਤੀ ਸੀ ਕਿ ਕੰਪੀਟੀਸ਼ਨ ਬਿਊਰੋ ਨੇ ਕਹਾ ਕਿ ਅਸੀਂ ਇਦੇ ਉੱਤੇ ਆ ਕੇ ਇਹਦਾ ਰਿਵਿਊ ਕਰਾਂਗੇ ਸਾਰੇ ਕੁਛ ਦਾ ਵੀ ਜਿਹੜਾ ਇਸ ਗਰੋਸਰੀ ਜਾਂ ਇਸ ਫੂਡ ਚ ਇਹਦੇ ਰਿਟੇਲ ਦੇ ਵਿੱਚ ਕੰਮ ਕਰ ਕਰਨ ਵਾਲੀਆਂ ਕੰਪਨੀਆਂ ਆ ਇਥੇ ਕੰਪੀਟੀਸ਼ਨ ਹੀ ਹੈ ਨਹੀਂ ਬਿਜੜੀਆਂ ਤਿੰਨ ਚਾਰ ਕੰਪਨੀਆਂ ਆ 80% ਮਾਰਕੀਟ ਉਹਨਾਂ ਦੇ ਕੋਲ ਆ ਤੇ ਮਰਜ਼ੀ ਨਾਲ ਭਾਅ ਵਧਾ ਦਿੰਦੀਆਂ ਤੇ ਮਰਜ਼ੀ ਨਾਲ ਉਹਨੂੰ ਘਟਾ ਲੈਂਦੀਆਂ ਕਿ ਹੁਣ ਜਿਹੜੀ ਐਸ ਵਲੇ ਪ੍ਰੋਬਲਮ ਆ ਇਹਨੂੰ ਕਿਸੇ ਨਾ ਕਿਸੇ ਤਰ੍ਹਾਂ ਉਧਰਲੇ ਪਾਸੇ ਦੇਖਿਆ ਜਾਊਗਾ ਉਹਦੀ ਜਦ ਰਿਪੋਰਟ ਆਊਗੀ ਜਿਹੜੀ ਇਹ ਜਾਂ ਜਿਹੜੀਆਂ ਇਹ ਜਗਮੀਸ਼ ਸਿੰਘ ਹੋਣੀ ਕਨਸਪੀਰੇਸੀ ਥਿਉਰੀਜ਼ ਦੇ ਰਹੇ ਆ ਕਿ ਕਿਉਂ ਵਧ ਰਹੇ ਆ ਕਿ ਜਾਂ ਤਾਂ ਉਹਨਾਂ ਦੇ ਕੋਲ ਕਿਤੇ ਨਾ ਕਿਤੇ ਕੁਛ ਨਾ ਕੁਛ ਜਿਹੜਾ ਹੋਣਾ ਚਾਹੀਦਾ ਆ ਆਧਾਰ ਹੋਣਾ ਚਾਹੀਦਾ ਆ ਨਹੀਂ ਤਾਂ ਨੇਰ ਆਧਾਰ ਗੱਲਾਂ ਦੇ ਨਾਲ ਲੋਕਾਂ ਨੂੰ ਆਪਣੇ ਵੱਲ ਤਾਂ ਖਿੱਚਿਆ ਜਾ ਸਕਦਾ ਪਰ ਇਹ ਸਮੱਸਿਆ ਦਾ ਹੱਲ ਨਹੀਂ ਆ ਉਹਨਾਂ ਦੀ ਚਿੰਤਾ ਜਾਇਜ਼ ਆ ਕਿ ਜਿਹੜੀ ਆ ਕੀਮਤਾਂ ਬਹੁਤ ਜ਼ਿਆਦਾ ਵਧੀਆਂ ਨੇ ਇਹ ਘਟਣੀਆਂ ਚਾਹੀਦੀਆਂ ਕਿੱਦਾਂ ਘਟਣੀਆਂ ਚਾਹੀਦੀਆਂ ਇਹਦਾ ਕੀ ਕਾਰਨ ਉਹਦੇ ਲਈ ਕੁਝ ਜਿਹੜੇ ਕ੍ਰਿਟਿਕ ਨੇ ਉਹ ਮੰਗ ਕਰ ਰਿਹਾ ਕਿ ਘੱਟੋ ਘੱਟ ਉਹਦੇ ਬਾਰੇ ਸਾਨੂੰ ਕਲੈਰਿਟੀ ਘਟੋ ਘਟ ਲੋਕਾਂ ਨੂੰ ਜ਼ਰੂਰ ਦੇਣੀ ਚਾਹੀਦੀ ਹੈ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਗੜਬੜ ਕਿੱਥੇ ਆ ਜੇ ਸਟੋਰਾਂ ਨੇ ਕੀਮਤਾਂ ਵਧਾਈਆਂ ਤਾਂ ਉਹਨਾਂ ਨੂੰ ਜ਼ਿੰਮੇਵਾਰ ਠਹਿਰਾਇਆ ਜਾਵੇ ਜੇ ਇਹਦੇ ਲਈ ਕੋਈ ਹੋਰ ਕਾਰਨ ਆ ਇਹ ਕੀਮਤਾਂ ਵਧਣ ਦੇ ਤਾਂ ਉਹਨੂੰ ਦੱਸਿਆ ਜਾਵੇ ਤਾਂ ਸਰਕਾਰ ਉਸ ਪਾਸੇ ਜਿਹੜੀ ਕੰਮ ਜ਼ਿਆਦਾ ਚੰਗੀ ਤਰ੍ਹਾਂ ਕਰ ਸਕਦੀ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ